ਨਾ ਦੇ ਹੱਥ ਹੱਥ ਦੇ ਵਿੱਚ ਸੇਰਾ ਫੜੀ ਖੜਾ ਇਹ ਪਰਿਵਾਰ ਆਪਣੇ ਪੁੱਤ ਦੀ ਬਾਰਾਤ ਦੀ ਨਹੀਂ ਬਲਕਿ ਸੰਸਕਾਰ ਦੀ ਤਿਆਰੀ ਕਰ ਰਿਹਾ ਹੈ। ਬਹੁਤ ਦੁਖਦਾਈ ਖਬਰ ਹੈ। ਦੱਸ ਦਈਏ ਕਿ ਜਿਸ ਉਮਰ ਦੇ ਵਿੱਚ ਨੌਜਵਾਨ ਨੇ ਘੋੜੀ ਚੜ੍ਹਨਾ ਸੀ, ਵਿਆਹ ਕਰਵਾਉਣਾ ਸੀ, ਉਸ ਉਮਰ ਦੇ ਵਿੱਚ ਇਸ ਨੌਜਵਾਨ ਦੀ ਮੌਤ ਹੋ ਗਈ ਹੈ। ਅਮਰੀਕਾ ਦੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋਈ ਹੈ। ਸੜਕ ਹਾਦਸੇ ਦੇ ਵਿੱਚ ਇਸ ਨੌਜਵਾਨ ਦੀ ਜਾਨ ਚਲੀ ਗਈ ਹੈ। ਪੜ੍ਹਾਈ ਕਰਨ ਦੇ ਲਈ 8-9 ਮਹੀਨੇ ਪਹਿਲਾਂ ਅਮਰੀਕਾ ਗਿਆ ਸੀ ਅਤੇ ਜਦੋਂ ਹੁਣ ਪਿੰਡ ਮ੍ਰਿਤਕ ਦੇ ਪਹੁੰਚੀ ਤਾਂ ਪੂਰਾ ਪਿੰਡ, ਪੂਰਾ ਪਰਿਵਾਰ, ਸਕੇ ਸੰਬੰਧੀ, ਦੋਸਤ ਮਿੱਤਰ ਧਾਹਾਂ ਮਾਰ ਮਾਰ ਕੇ ਰੋ ਰਹੇ ਨੇ। ਪਰਿਵਾਰ ਦਾ ਵਿਰਲਾਪ ਝੱਲ ਨਹੀਂ ਹੋ ਰਿਹਾ। ਦੱਸ ਦਈਏ ਕਿ ਵਿਵੇਕ ਪਟਿਆਲ ਹੁਸ਼ਿਆਰਪੁਰ ਦੇ ਪਿੰਡ ਚੱਕ ਮੀਰਪੁਰ ਦਾ ਰਹਿਣ ਵਾਲਾ ਸੀ ਅਤੇ ਚੰਗੀ ਜ਼ਿੰਦਗੀ ਦੇ ਲਈ ਵਿਵੇਕ ਪਟਿਆਲ ਅਮਰੀਕਾ ਗਿਆ ਸੀ, ਪਰ ਹੁਣ ਉੱਥੇ ਐਕਸੀਡੈਂਟ ਦੇ ਵਿੱਚ ਉਸ ਦੀ ਜਾਨ ਚਲੀ ਗਈ ਹੈ। ਅਮਰੀਕਾ ਦੇ ਸ਼ਹਿਰ ਮਿਲਵਾਕੀ ਦੇ ਵਿੱਚ ਇਹ ਦੁਰਘਟਨਾ ਵਾਪਰੀ ਹੈ। ਹੁਣ ਉਸ ਦੀ ਮ੍ਰਿਤਕ ਦੇ ਪਿੰਡ ਪਹੁੰਚੀ ਹੈ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਦੱਸ ਦਈਏ ਕਿ ਵਿਵੇਕ ਜਦੋਂ 5 ਸਾਲ ਦਾ ਸੀ ਤਾਂ ਉਦੋਂ ਉਸਦੇ ਪਿਤਾ ਦਾ ਵੀ ਸਿਰ ਤੋਂ ਸਾਇਆ ਉੱਠ ਗਿਆ ਸੀ ਅਤੇ ਹੁਣ ਮਾਪਿਆਂ ਦੇ ਲਾਡਲੇ ਪੁੱਤ ਦੀ ਵੀ ਜਾਨ ਚਲੀ ਗਈ ਹੈ। ਘੋੜੀ ਚੜ੍ਹਨ ਦੀ ਥਾਂ 'ਤੇ ਪੁੱਤ ਅਰਥੀ 'ਤੇ ਜਾ ਰਿਹਾ ਹੈ ਅਤੇ ਪਰਿਵਾਰ ਸਿਹਰਾ ਬੰਨ੍ਹ ਕੇ ਉਸਦਾ ਸੰਸਕਾਰ ਕਰ ਰਿਹਾ ਹੈ। ਬਹੁਤ ਦੁਖਦ ਘਟਨਾ ਵਾ। ਔਰ ਜਦੋਂ ਇਹ ਬੱਚੇ ਦੀ ਡੈਥ ਹੋਈ ਨੂੰ ਤਾਂ ਕਾਫੀ ਦੇਰ ਹੋ ਗਈ, ਕਿਉਂਕਿ ਫੈਮਿਲੀ ਮੈਂਬਰਸ ਨੂੰ, ਖਾਸ ਕਰਕੇ ਇਹਦੇ ਮਾਤਾ ਨੂੰ ਨਹੀਂ ਦੱਸਿਆ ਸੀ, ਕਿਉਂਕਿ ਇਹਨਾਂ ਦੇ ਘਰ ਪਹਿਲਾਂ ਵੀ ਬਹੁਤ ਵੱਡੀ ਟ੍ਰੈਜਡੀ ਹੋ ਚੁੱਕੀ ਆ। ਇਹ ਵਿੱਕੀ ਜਿਹੜਾ ਲੜਕੇ ਸਵਰਗਵਾਸ ਹੋ ਗਿਆ, ਇਹਦੇ ਜਿਹੜੇ ਪਿਤਾ ਜੀ ਵੀ ਮੈਂ ਕਿਹਾ 30 ਕੁ ਈਅਰਸ ਦੇ ਸੀ ਜਦੋਂ ਡੈਥ ਹੋਈ ਆ, ਅਤੇ ਇਹ ਬਹੁਤ ਛੋਟੇ ਸੀ ਬੱਚੇ। ਇਹਨਾਂ ਦੇ ਮਾਤਾ ਪਿਤਾ ਨੇ ਕਿਸ ਤਰ੍ਹਾਂ ਇਹਦੀ ਮਾਂ ਨੇ ਪਾਲਿਆ, ਅਤੇ ਉਹਨਾਂ ਦੇ ਸਾਰੇ ਹੀ ਵੀ ਮਾਂ ਜੀ ਰਹੀ ਸੀ ਬੱਚਿਆਂ ਦੇ ਸਾਰੇ। ਅੱਜ ਉਹ ਇੱਕ ਜਿਹੜਾ ਬੇਟਾ ਵਾ ਅਮਰੀਕਾ ਦੇ ਵਿੱਚ ਜਿਹਦੀ ਡੈਥ ਹੋ ਗਈ ਆ, ਅੱਜ ਉਹਦੀ ਮਾਂ ਦਾ ਬਹੁਤ ਬੁਰਾ ਹਾਲ ਆ। ਇਹਦੇ ਦਾਦਾ ਦਾਦੀ ਜੀ, ਕਿਉਂਕਿ ਇਹ ਜਿਹੜੀ ਪਹਿਲਾਂ ਜਿਹੜਾ ਉਹਨਾਂ ਦਾ ਬੇਟਾ ਦਾਦਾ ਦਾਦੀ ਦਾ, ਜਾਣੀ ਕਿ ਇਹਦੇ ਬਾਪ ਦੀ ਜਦੋਂ ਡੈਥ ਹੋਈ ਸੀ ਉਹ ਭੁੱਲ ਚੁੱਕੇ ਸੀ ਇਸ ਚੀਜ਼ ਨੂੰ, ਲੇਕਿਨ ਇਹ ਦੁਬਾਰਾ ਇਹ ਚੀਜ਼ ਰਿਪੀਟ ਹੋਣੀ ਇਹਨਾਂ ਦੇ ਘਰ ਦੇ ਵਿੱਚ ਬਹੁਤ ਹੀ, ਮੈਂ ਸਮਝਦੀ ਹਾਂ, ਮੈਂ ਬਿਆਨ ਨਹੀਂ ਕਰ ਸਕਦੀ ਜਿੱਦਾਂ ਇਹਨਾਂ ਦੀ ਕੰਡੀਸ਼ਨ ਬਣੀ ਹੋਈ ਆ, ਇਹਨਾਂ ਦੇ ਮਾਤਾ ਜੀ ਦੀ, ਇਹਨਾਂ ਦੇ ਦਾਦੀ ਦਾਦਾ ਜੀ ਦੀ, ਇਹਨਾਂ ਦੇ ਪੂਰੇ ਪਰਿਵਾਰ ਦੀ। ਖੁਸ਼ਹਾਲ ਪਰਿਵਾਰ ਸੀ, ਲੇਕਿਨ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਜਿੱਦਾਂ ਇੱਕ ਡੈਥ ਹੋਣ ਦੇ ਨਾਲ ਇਹਨਾਂ ਦੇ ਪਰਿਵਾਰ ਦੇ ਵਿੱਚ ਉਦਾਸੀ ਛਾ ਗਈ ਹੈ। ਬਹੁਤ ਦੁਖਦ ਘਟਨਾ ਵਾ। ਔਰ ਸਾਰਾ ਗਾਉਂ ਆਇਆ ਵਾ ਇੱਥੇ, ਔਰ ਮੈਂ ਵੀ ਪਹੁੰਚੀ ਹਾਂ। ਪਹਿਲਾਂ ਵੀ ਇਹਨਾਂ ਦੇ ਨਾਲ ਫੋਨ 'ਤੇ ਮੈਂ ਗੱਲਬਾਤ ਕਰਦੀ ਰਹੀ ਹਾਂ, ਔਰ ਅੱਜ ਇਹਨਾਂ ਦੇ ਸੰਸਕਾਰ 'ਤੇ ਮੈਨੂੰ ਖੁਦ ਬਹੁਤ, ਕਿਉਂਕਿ ਮੈਂ ਵੀ ਛੋਟੇ ਛੋਟੇ ਬੱਚੇ ਦੇਖੇ। ਇਹ ਮੁੰਡੇ ਨੂੰ ਕਿਸੇ ਨੂੰ ਪਿੱਕ ਕਰਨ ਗਿਆ ਸੀਗਾ ਅਤੇ ਰੈੱਡ ਲਾਈਟ 'ਤੇ ਖੜ੍ਹਾ ਸੀਗਾ, ਅਤੇ ਉੱਥੋਂ ਲੈਫਟ ਲੈ ਕੇ ਨੇ ਰੈਂਪ 'ਤੇ ਚੜ੍ਹਨਾ ਸੀਗਾ, ਅਤੇ ਰੈਂਪ ਤੋਂ ਉੱਤਰਦੇ ਹੋਏ ਗੱਡੀ ਆਉਂਦੀ ਹੈ ਜਿਹਦਾ ਡਰਾਈਵਰ ਨਸ਼ੇ ਸੀਗਾ, ਅਤੇ ਆਊਟ ਆਫ ਕੰਟਰੋਲ ਹੋ ਕੇ ਇਹਨਾਂ 'ਚ ਆ ਕੇ ਸਿੱਧੇ ਸਾਈਡ 'ਤੇ ਵੱਜਦੀ ਹੈ। ਗੱਡੀ ਟੀ ਹੁੰਦੀ ਆ ਸਾਈਡ ਤੋਂ, ਅਤੇ ਡਰਾਈਵਰ ਸਾਈਡ 'ਤੇ ਵੱਜਦੀ ਹੈ ਕਿਉਂਕਿ ਡਰਾਈਵਰ ਸਟੇਅਰਿੰਗ ਉੱਥੋਂ ਲੈਫਟ 'ਤੇ ਹੁੰਦਾ ਹੈ, ਅਤੇ ਜਦੋਂ ਵੱਜਦੀ ਹੈ ਅਤੇ ਇਹਨਾਂ ਦੀ ਗੱਡੀ ਪਲਟੇ ਖਾ ਕੇ ਸਾਈਡ 'ਤੇ ਬਿਲਡਿੰਗ 'ਚ ਵੱਜਦੀ ਆ। ਜੋ ਪੁਲਿਸ ਰਿਪੋਰਟ ਕਹਿੰਦੀ, ਹਾਂਜੀ, ਮੌਕੇ 'ਤੇ ਉਹਨਾਂ ਨੇ CPR ਦਿੱਤੀ ਹੈ, ਸਾਰਾ ਕੁਛ ਦਿੱਤਾ। ਇਹ ਹੈ ਵਿਸਕੌਨਸਿਨ ਸਟੇਟ ਆ ਅਤੇ ਮਿਲਵਾਕੀ ਸ਼ਹਿਰ ਪੈਂਦਾ ਹੈ। ਬੋਡੀ ਨੂੰ ਆਉਂਦੇ ਆਉਂਦੇ ਪ੍ਰੋਸੈਸਿੰਗ ਕਰਦੇ ਹੋਏ ਮੈਂ ਕਹੂੰਗਾ 27 ਦਿਨ ਲੱਗ ਗਏ, 28 ਦਿਨ ਡਿਸੀਜ਼ ਹੋਏ ਸੀਗੇ 30th October ਨੂੰ। 23 ਸਾਲ ਦੀ ਉਮਰ ਹੈ ਦੀ, ਇਹ 8 ਕੁ ਮਹੀਨੇ ਹੋਏ ਸੀ ਇਹਨਾਂ ਨੂੰ ਗਿਆ ਨੂੰ, ਅਤੇ ਉੱਥੇ ਇਹਨਾਂ ਦੀ ਐਕਸੀਡੈਂਟ 'ਚ ਡੈਥ ਹੋਈ ਹੈ ਅਤੇ ਪੂਰੇ ਇਲਾਕੇ 'ਚ ਸ਼ੋਕ ਦੀ ਲਹਿਰ ਚੱਲੀ ਹੈ। ਸਾਡੇ ਇਲਾਕੇ ਵਾਸਤੇ ਬਹੁਤ ਵੱਡੀ ਮੰਦਭਾਗੀ ਘਟਨਾ। ਸੋ ਅਸੀਂ ਸਰਕਾਰਾਂ ਨੂੰ ਵੀ ਅਪੀਲ ਕਰਾਂਗੇ ਕਿ ਆਪਣੇ ਏਰੀਏ 'ਚ, ਆਪਣੇ ਇਲਾਕੇ 'ਚ ਰੁਜ਼ਗਾਰ ਦੇਣ, ਤਾਂ ਜਾਂ ਸਾਡੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਨਾ ਜਾਣਾ ਪਵੇ। ਜਦ ਤੱਕ ਸਾਡੇ ਪੰਜਾਬ 'ਚ ਰੁਜ਼ਗਾਰ ਔਰ ਨਏ ਕਿਤੇ ਨਹੀਂ ਸਾਡੇ ਨੌਜਵਾਨ ਮਿਲਣੇ, ਤਦ ਤੱਕ ਇਹ ਆਏ ਦਿਨ ਇਹੋ ਜਿਹੀ ਘਟਨਾ ਹੁੰਦੀ ਰਹਿਣਾ। ਸੋ ਅਸੀਂ, ਬੜਾ ਅਫਸੋਸ ਹੈ ਸਾਨੂੰ ਇਸ ਘਟਨਾ ਦਾ।